ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ, ਪਰ ਉਸਨੂੰ ਉਸ ਤੋਂ ਪਹਿਲਾਂ ਆਇਲਸ ਕਰਨੀ ਪੈਂਦੀ ਹੈ, ਜੋ ਕਿ ਪੰਜਾਬ ਦੇ ਨੌਜਵਾਨਾਂ ਦੇ ਲਈ ਕਿਸੇ ਹਊਏ ਤੋਂ ਘੱਟ ਨਹੀਂ ਹੈ। ਤਾਂ ਅੰਮ੍ਰਿਤਸਰ ਦੇ ਡਾਕਟਰ ਰੋਮਾ ਨੇ ਇਸ ਪ੍ਰਕਿਰਿਆ ਨੂੰ ਔਰ ਇਸ ਪੜ੍ਹਾਈ ਨੂੰ ਸਰਲ ਕਰਨ ਦੇ ਲਈ ਇੱਕ ਕਿਤਾਬ ਲਿਖੀ ਆ। ਜੇਕਰ ਮੈਂ ਸੌਖੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਡਾਕਟਰ ਰੋਮਾ ਦੀ ਕੋਸ਼ਿਸ਼ ਹੈ ਕਿ ਪੰਜਾਬ ਦਾ ਨੌਜਵਾਨ ਜਿਹੜਾ ਆਇਲਸ ਤੋਂ ਡਰਦਾ, ਉਸ ਨੂੰ ਇੱਕ ਸਰਲ ਤਰੀਕੇ ਦੇ ਨਾਲ ਇਹ ਕਿਤਾਬ ਜਿਹੜੀ ਹੈ ਉਹ ਆਇਲਸ ਬਾਰੇ ਸਮਝਾ ਸਕਦੀ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਇਹ ਮਕਸਦ ਕੀ ਹੈ ਇਸ ਕਿਤਾਬ ਨੂੰ ਲਿਖਣ ਦਾ, ਔਰ ਇਸ ਕਿਤਾਬ ਦੇ ਵਿੱਚ ਜੇਕਰ ਮੈਂ ਕਹਾਂ ਕਿ ਜਿਹੜਾ ਪੰਜਾਬ ਦਾ ਨੌਜਵਾਨ ਹੈ ਜੋ ਬਾਹਰ ਜਾਣਾ ਚਾਹੁੰਦਾ ਹੈ, ਪੜ੍ਹਾਈ ਕਰਨਾ ਚਾਹੁੰਦਾ, ਉੱਥੇ ਸੈਟਲ ਹੋਣਾ ਚਾਹੁੰਦਾ, ਉਹਦੇ ਲਈ ਕਿੰਨੀ ਕੁ ਮਦਦਗਾਰ ਇਹ ਕਿਤਾਬ ਸਾਬਿਤ ਹੋ ਸਕਦੀ ਹੈ? ਸਰ, ਮੈਂ ਪੰਜਾਬ ਨੂੰ ਬਿਲੋਂਗ ਕਰਨੀ ਹਾਂ, ਪੰਜਾਬ ਤੋਂ ਮੈਨੂੰ ਬਹੁਤ ਕੁਛ ਮਿਲਿਆ, ਔਰ ਮੈਂ ਪੰਜਾਬ ਨੂੰ ਅੱਜ ਕੁਛ ਵਾਪਸ ਦੇਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਬੱਚਾ ਹੈ ਜਿਹੜੇ ਸੁਪਨੇ ਲੈ ਕੇ ਜਾ ਰਿਹਾ ਹੈ ਕਿ ਮੇਰੀ ਆਇਲਸ ਕਿਸੇ ਤਰੀਕੇ ਨਾਲ ਹੋ ਜਾਏ, ਜਿਹੜਾ ਕੋਈ ਤਰੀਕਾ ਹੈ ਨਾ, ਇਹਨੂੰ ਮੈਂ ਇੱਕ ਬਹੁਤ ਸੌਖਾ ਤਰੀਕਾ ਬਣਾਤਾ। ਕੋਈ ਵੀ ਮਿਸਗਾਈਡੈਂਸ, ਕੋਈ ਵੀ ਕਰਪਸ਼ਨ ਦੇ ਤਰੀਕੇ ਦੇ ਨਾਲ ਆਇਲਸ ਨੂੰ ਕਰਨਾ, ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਕੰਡੈਮ ਕਰਨੀ ਹਾਂ ਸਰ। ਇਹਦਾ ਰੀਜ਼ਨ ਹੈ ਕਿ ਇਹਦੇ ਵਿੱਚ ਪੇਰੈਂਟਸ ਦੀ ਮਿਹਨਤ ਦੀ ਕਮਾਈ ਜਾਂਦੀ ਹੈ, ਬੱਚਿਆਂ ਦਾ ਟਾਈਮ ਜਾਂਦਾ ਹੈ, ਔਰ ਸਭ ਤੋਂ ਇੰਪੋਰਟੈਂਟ ਕਿ ਗਲਤ ਅਤੇ ਗਲਤ ਹੀ ਹੈ, ਉਹਨੂੰ ਕਦੀ ਠੀਕ ਨਹੀਂ ਕਰ ਸਕਦੇ ਤੁਸੀਂ। ਅਗਰ ਇੱਕ ਠੀਕ ਤਰੀਕੇ ਦੇ ਨਾਲ ਸਟੈਪ ਬਾਏ ਸਟੈਪ ਚੱਲਿਆ ਜਾਏ ਤਾਂ ਬਿਲਕੁਲ ਆਇਲਸ ਹੋ ਸਕਦੀ ਹੈ। ਅਗਰ ਤੁਸੀਂ ਕਹੋ ਪੈਦਾ ਹੁੰਦਾ ਬੱਚਿਆਂ ਦੀ ਰੇਸ 'ਚ ਦੌੜ ਜਾਏ ਤਾਂ ਉਹ ਨਹੀਂ ਦੌੜੇਗਾ, ਉਹਨੂੰ ਇੱਕ ਸਟੈਪ ਦੇ ਨਾਲ ਉਂਗਲੀ ਪਕੜ ਕੇ ਅਗਰ ਚੱਲਣਾ ਸਿਖਾਇਆ ਜਾਏ ਤਾਂ ਉਹ ਜ਼ਰੂਰ ਚੱਲੇਗਾ। ਇਹ ਮੇਰਾ ਇੱਕ ਵਿਸ਼ਵਾਸ ਹੈ, ਔਰ ਇਹ ਵਿਸ਼ਵਾਸ ਨੇ ਮੈਨੂੰ ਹਮੇਸ਼ਾ ਮੇਰੇ ਰਿਜ਼ਲਟਸ ਦਿੱਤੇ ਆ। ਪਰ ਮੈਂ ਪੰਜਾਬੀਆਂ ਦੇ ਵਿੱਚ ਇੱਕ ਹੋੜ ਲੱਗੀ ਹੈ ਕਿ ਵਿਦੇਸ਼ ਜਾਣਾ, ਚਾਹੇ ਕਿਸ ਤਰ੍ਹਾਂ ਵੀ ਜਾਣਾ ਪਵੇ, ਕਿੰਨਾ ਵੀ ਪੈਸਾ ਖਰਚ ਕਰਨਾ ਪਵੇ, ਪਰ ਆਇਲਸ ਕਰਨ ਦੇ ਲਈ ਵੀ ਲੋਕ ਗਲਤ ਤਰੀਕਿਆਂ ਦਾ ਜਿਹੜਾ ਇਸਤੇਮਾਲ ਕਰਦੇ ਨੇ ਕਿ ਪੈਸਾ ਖਰਚ ਕੇ ਸਾਨੂੰ ਬੈਂਡ ਮਿਲ ਜਾਣ, ਤਾਂ ਇਹ ਕਿਤਾਬ ਜਿਹੜੀ ਹੈ, ਕਿਉਂਕਿ ਇੱਕ ਤਾਂ ਇਹ ਦੱਸੋ ਕਿ ਜੇਕਰ ਇਹ ਕਿਤਾਬ ਨੌਜਵਾਨ ਪੜ੍ਹਦੇ ਨੇ ਤਾਂ ਕਿੰਨੇ ਕੁ ਬੈਂਡ ਇਸ ਕਿਤਾਬ ਦੀ ਮਦਦ ਦੇ ਨਾਲ ਉਹ ਲੈ ਸਕਦੇ ਨੇ? ਸਰ, ਤੁਸੀਂ ਬੇਸ਼ੱਕ ਯੂਟਿਊਬ ਦੇ ਉੱਤੇ ਕਮੈਂਟਸ ਪੜ੍ਹ ਸਕਦੇ ਹੋ। ਇਹ ਬੁੱਕ ਪੜ੍ਹਨ ਦੇ ਨਾਲ ਇੱਕ ਇੰਨਾ ਈਜ਼ੀ ਤਰੀਕਾ ਦੇ ਦੱਸਿਆ ਕਿ ਬੱਚਾ ਅਗਰ ਠੀਕ ਤਰੀਕੇ ਨਾਲ ਇਹਨੂੰ ਪੜ੍ਹ ਲਏ, 6.5 to 7 ਬੈਂਡਸ ਉਹ ਲੈ ਜਾਂਦਾ, ਉਹ ਹਰ ਮੋਡਿਊਲ ਨੂੰ ਇੱਕ ਡਿਟੇਲ 'ਚ ਐਕਸਪਲੇਨ ਕੀਤਾ, ਔਰ ਬੜੇ ਹੀ ਯੂਜ਼ਰ ਫਰੈਂਡਲੀ ਤਰੀਕੇ ਨਾਲ ਕੀਤਾ ਗਿਆ। ਇਹਦੇ ਨਾਲ ਕੀ ਹੁੰਦਾ ਕਿ ਬੱਚਾ ਮਿਸਗਾਈਡ ਨਹੀਂ ਹੁੰਦਾ, ਜਿਹੜਾ ਸਰ ਯੂਜ਼ ਕਰ ਰਹੇ ਕਿਸੇ ਵੀ ਤਰੀਕੇ ਨਾਲ, ਮੈਨੂੰ ਇਹ ਕਿਸੇ ਵੀ ਤਰੀਕਾ ਕਦੀ ਵੀ ਪਸੰਦ ਨਹੀਂ ਆਇਆ, ਮੈਨੂੰ ਹੈਗਾ ਇੱਕ ਤਰੀਕਾ ਔਰ ਉਹੀ ਠੀਕ ਤਰੀਕਾ ਹੈ। ਠੀਕ ਤਰੀਕਾ ਕੀ ਹੈ? ਤੁਸੀਂ ਮਿਹਨਤ ਕਰੋ, ਆਇਲਸ ਕਰੋ ਔਰ ਚਲੇ ਜਾਓ। ਅਗਰ ਤੁਸੀਂ ਇੱਥੋਂ ਆਇਲਸ ਛੋੜ ਕੇ ਜਾਂਦੇ ਹੋ ਕਿ ਬਈ ਮੈਂ ਆਇਲਸ ਨਹੀਂ ਕਰਨੀ, ਮੈਂ ਬਿਨਾਂ ਆਇਲਸ ਦੇ ਜਾਣਾ, ਤਾਂ ਉੱਥੇ ਜਾ ਕੇ ਕੀ ਕਰੋਗੇ? ਉੱਥੇ ਗੁਰਮੁਖੀ ਤਾਂ ਚੱਲਣੀ ਨਹੀਂ, ਚੱਲਣੀ ਤਾਂ ਇੰਗਲਿਸ਼ ਹੀ ਹੈ। ਜਿਹੜੇ ਨੌਜਵਾਨ ਇਹ ਭੁਲੇਖੇ 'ਚ ਨੇ ਕਿ ਪੈਸੇ ਦੇ ਕੇ ਮੈਂ ਬੈਂਡ ਲੈ ਕੇ ਉੱਥੇ ਚਲਾ ਜਾਵਾਂ, ਜੇਕਰ ਉਹ ਜਾਂਦੇ ਨੇ ਤਾਂ ਕੀ ਉੱਥੇ ਤੁਸੀਂ ਸਮਝਦੇ ਹੋ ਕਿ ਉਹ ਕਾਮਯਾਬ ਕੁਝ ਨੌਜਵਾਨ ਨਹੀਂ ਹੁੰਦੇ ਜਿਹੜੇ ਇਸ ਤਰੀਕੇ ਨਾਲ ਜਾਂਦੇ? ਆਇਲਸ ਜੇਕਰ ਅਸੀਂ ਕਰ ਰਹੇ ਹਾਂ ਤਾਂ ਸਾਨੂੰ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਲਾਜ਼ਮੀ ਹੋਣੀ ਚਾਹੀਦੀ ਹੈ। ਸਰ, ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਹੜੇ ਬੱਚੇ ਸੋਚਦੇ ਆ ਕਿ ਅਸੀਂ ਕਿਸੇ ਤਰੀਕੇ ਆਇਲਸ ਛੱਡ ਕੇ ਤਾਂ ਚਲੇ ਜਾਈਏ, ਚਲੇ ਤਾਂ ਜਾਂਦੇ ਹੈ ਪਰ ਸੈਟਲਮੈਂਟ ਰੇਟ ਬਹੁਤ ਘੱਟ ਹੈ। ਅਗਰ ਤੁਹਾਨੂੰ ਇੰਗਲਿਸ਼ ਦੇ ਵਿੱਚ ਇੰਨਾ ਹੀ ਨਹੀਂ ਕਹਿਣਾ ਆਇਆ ਕਿ ਸਰ ਮੇਰੀ ਤਨਖਾਹ ਵਧਾ ਦਿਓ, ਤਾਂ ਉੱਥੇ ਜਾਣ ਦਾ ਫਾਇਦਾ ਕੀ ਹੈ? ਜਾਣਾ ਮਕਸਦ ਨਹੀਂ ਹੈ, ਸੈਟਲ ਹੋਣਾ ਮਕਸਦ ਹੈ। ਔਰ ਸੈਟਲ ਹੋਣ ਲਈ ਮੇਰੇ ਖਿਆਲ ਨਾਲ ਅਗਰ ਤੁਸੀਂ ਪੜ੍ਹਾਈ ਕਰਨ ਜਾ ਰਹੇ ਹੋ ਔਰ ਪੜ੍ਹਾਈ ਛੋੜ ਕੇ ਤੁਸੀਂ ਕਹਿੰਦੇ ਹੋ ਮੈਂ ਕੋਈ ਹੋਰ ਤਰੀਕਾ ਲੈ ਲਾਂ, ਉਹ ਸਕਸੈਸ ਨਹੀਂ ਹੁੰਦਾ। ਮੇਰੇ ਹਿਸਾਬ ਨਾਲ ਕਦੀ ਸਕਸੈਸ ਨਹੀਂ ਹੁੰਦਾ। ਮਾਈ ਵਿਊ ਪੁਆਇੰਟ ਇਜ਼ ਅ ਸਟੂਡੈਂਟ ਸ਼ੁੱਡ ਬੀ ਫੁੱਲੀ ਪ੍ਰਿਪੇਅਰਡ ਬਿਫੋਰ ਹੀ ਸਟੈਪਸ ਇਨ ਟੂ ਦੈਟ ਕੰਟਰੀ, ਕਿਉਂਕਿ ਇਹ ਆਇਲਸ ਇੱਕ ਚਾਰ ਚੀਜ਼ਾਂ 'ਤੇ ਚਾਹੀਏ, ਰੀਡਿੰਗ, ਰਾਈਟਿੰਗ, ਲਿਸਨਿੰਗ ਐਂਡ ਸਪੀਕਿੰਗ। ਇਹ ਚਾਰੋਂ ਮੋਡਿਊਲ ਤੁਹਾਡੇ ਉੱਥੇ ਪੜ੍ਹਾਈ 'ਚ ਕੰਮ ਆਉਣੇ ਹੈ, ਅਤੇ ਜੇ ਤੁਸੀਂ ਇੱਥੋਂ ਹੀ ਕਰਕੇ ਚਲੇ ਜਾਓਗੇ ਤਾਂ ਇਟ ਇਜ਼ ਈਜ਼ੀ। ਅਗਰ ਇੱਕ ਪੰਜਾਬੀ ਦੇ ਪੜ੍ਹਾਇਆ ਤੁਹਾਨੂੰ ਅੰਗਰੇਜ਼ੀ ਸਮਝ ਨਹੀਂ ਆ ਰਹੀ, ਅਤੇ ਅੰਗਰੇਜ਼ ਦੇ ਪੜ੍ਹਾਇਆ ਅੰਗਰੇਜ਼ੀ ਕਿੱਥੋਂ ਸਮਝ ਆਏਗੀ? ਉਹ ਤਾਂ ਸਿੰਪਲੀ ਜੋ ਤੁਸੀਂ ਪੁੱਛ ਰਹੇ ਹੋ ਉਹਨੇ ਵਾਪਿਸ ਉਹਦਾ ਜਵਾਬ ਇੰਗਲਿਸ਼ 'ਚ ਦੇ ਦੇਣਾ। ਮੈਮ, ਇੱਕ ਹੋਰ ਅਹਿਮ ਗੱਲ ਇਹ ਹੈ, ਜਾਣਕਾਰੀ ਜਿਹੜੀ ਚਾਹੁੰਦੇ ਨੇ ਨੌਜਵਾਨ, ਕਿਉਂਕਿ ਜ਼ਿਆਦਾਤਰ ਜਿਹੜੇ ਕਾਨਵੈਂਟ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹੇ ਨੇ, ਉਹ ਫਿਰ ਵੀ ਥੋੜ੍ਹੀ ਬਹੁਤ ਇੰਗਲਿਸ਼ ਬਾਰੇ ਉਹਨਾਂ ਨੂੰ ਜਾਣਕਾਰੀ ਹੈ, ਪਰ ਜ਼ਿਆਦਾਤਰ ਜਿਹੜੀ ਅਸੀਂ ਰੇਸ਼ੋ ਦੀ ਗੱਲ ਕਰੀਏ ਤਾਂ ਜ਼ਿਆਦਾ ਜਿਹੜੇ ਨੌਜਵਾਨ ਨੇ ਉਹ ਪਿੰਡਾਂ ਦੇ ਨਾਲ ਸੰਬੰਧਿਤ ਨੇ, ਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਨੇ, ਤਾਂ ਇਹ ਕਿਤਾਬ ਉਹਨਾਂ ਦੇ ਲਈ ਕਿੰਨੀ ਕੁ ਹੈਲਪਫੁਲ ਜਿਹੜੀ ਹੈ ਸਾਬਿਤ ਹੋ ਸਕਦੀ? ਸਰ, ਇਹ ਬੁੱਕ ਜਿਹੜੀ ਹੈਗੀ ਹੈ ਸਟੈਪ ਬਾਏ ਸਟੈਪ ਹੈ, ਜਿਨ੍ਹਾਂ ਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਉਹਨਾਂ ਲਈ ਮੈਂ ਇੱਕ ਗਰਾਮਰ ਦਾ ਕੋਂਬੋ ਪੈਕ ਕੱਢਿਆ ਕਿ ਇਹਦੇ ਨਾਲ ਮੈਂ ਤੁਹਾਨੂੰ ਗਰਾਮਰ ਵੀ ਸਿਖਾਉਣੀ ਹੈ। ਇਹ ਬੇਸਿਕਸ ਹੈਗੇ ਹੈ, ਦਿਸ ਇਜ਼ ਅ ਬੇਸਿਕ ਬੁੱਕ। ਇਹਦੇ ਵਿੱਚ ਉਨੀ ਕੀ ਗਰਾਮਰ ਦਿੱਤੀ ਗਈ ਹੈ ਜਿੰਨੀ ਕਿ ਆਇਲਸ ਦੇ ਵਿੱਚ ਜ਼ਰੂਰਤ ਹੈ। ਮੈਂ ਇੰਨੀ ਨਹੀਂ ਦਿੱਤੀ ਕਿ ਤੁਸੀਂ PhD ਕਰ ਲਓ। ਆਈ ਹੈਵ ਨੋਟ ਗਿਵਨ ਯੂ ਟੂ ਐਨ ਐਕਸਟੈਂਟ ਕਿ ਤੁਸੀਂ ਬਿਲਕੁਲ ਹੀ ਦਿਮਾਗ ਤੁਹਾਡਾ ਘੁੰਮ ਜਾਏ ਕਿ ਗਰਾਮਰ 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 ਕਰਨੀ ਹੈ, ਲੇਕਿਨ ਉਤਨੀ ਕਰਨੀ ਹੈ ਜਿਹਦੇ ਵਿੱਚ 6.5 to 7 ਬੈਂਡਸ ਤੁਹਾਡੇ ਆ ਜਾਣ। ਦੈਟ ਇਜ਼ ਇਟ। ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਹਊਆ ਹੈ ਆਇਲਸ ਦਾ,
ਨੌਜਵਾਨਾਂ ਦੇ ਵਿੱਚ ਜੇਕਰ ਉਹ ਇੱਕ ਕਿਤਾਬ ਨੂੰ ਪੜ੍ਹਦੇ ਨੇ ਤਾਂ ਕਿਤੇ ਕਿਤੇ ਉਹਨਾਂ ਨੂੰ ਇੱਕ ਹੌਸਲਾ ਜ਼ਰੂਰ ਮਿਲ ਸਕਦਾ ਇਹਦੇ ਨਾਲ। ਸਰ ਉਹਨਾਂ ਨੂੰ ਇੰਨਾ ਹੌਸਲਾ ਤੇ ਮਿਲ ਜਾਏਗਾ ਕਿ ਮੈਂ ਗਲਤ ਤਰੀਕੇ ਨਾਲ ਨਹੀਂ ਜਾਣਾ। ਐਂਡ ਆਈ ਵੁੱਡ ਸਟ੍ਰਿਕਟਲੀ ਡਿਸਕਰੇਜ ਕਿ ਜਿਹੜੇ ਇਸ ਚੀਜ਼ ਨੂੰ ਮੋਟੀਵੇਟ ਕਰਦੇ ਆ ਬੱਚਿਆਂ ਨੂੰ ਕਿ ਨਹੀਂ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਚਲਾ ਜਾ, ਜਿੱਦਾਂ ਮਰਜ਼ੀ ਕੋਈ ਰਸਤਾ ਨਹੀਂ ਗਾ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਇੱਕ ਠੀਕ ਇੰਸਟੀਟਿਊਟ ਨੂੰ ਚੂਜ਼ ਕਰੋ, ਤੁਸੀਂ ਦੇਖੋ ਕਿ ਤੁਹਾਨੂੰ ਪੜ੍ਹਾਉਣ ਵਾਲਾ ਟੀਚਰ ਦੀ ਕੁਆਲੀਫਿਕੇਸ਼ਨ ਕੀ ਹੈ। ਤੁਸੀਂ ਆਪ ਮਾਸਟਰਸ ਹੈਗੇ ਹੋ, ਤੁਸੀਂ ਪੜ੍ਹ ਪਲੱਸ ਟੂ ਕੋਲੋਂ ਰਹੇ ਹੋ, ਤੇ ਤੁਸੀਂ ਕਿੱਦਾਂ ਉਮੀਦ ਕਰੋਗੇ? ਤੁਸੀਂ ਤੇ ਡੀਮੋਟੀਵੇਟ ਹੋ ਕੇ 5 ਬੈਂਡ ਲੈ ਕੇ ਕੋਈ ਨਾ ਕੋਈ ਹੋਰ ਰਾਹ ਲੱਭੋਗੇ। ਔਰ ਪੰਜਾਬ ਦੇ ਬੱਚਿਆਂ ਨੂੰ, ਜਿਹੜੇ ਪਿੰਡਾਂ ਦੇ ਸਾਡੇ ਬੱਚੇ ਹੈ, ਮੇਰੇ ਕੋਲ ਇੱਥੇ ਬਹੁਤ ਪਿੰਡਾਂ ਦੇ ਬੱਚੇ ਆਉਂਦੇ ਆ। ਆਈ ਹੈਵ ਗੁੱਡ ਨੰਬਰ ਆਫ ਸਟੂਡੈਂਟਸ ਪਲੱਸ ਟੂ ਪੰਜਾਬ ਬੋਰਡ, ਤੁਸੀਂ ਬੇਸ਼ੱਕ ਉਹਨਾਂ ਦੇ ਰਿਜ਼ਲਟਸ ਚੈੱਕ ਕਰੋ। ਉਹਨਾਂ ਨੂੰ ਮੈਂ ਸਿਖਾਇਆ ਕਿ ਅਗਰ ਇੱਕ ਚੀਜ਼ ਮੈਂ ਕਰ ਰਹੀ ਹਾਂ ਇਹਦੇ ਮਿਲਦਾ ਜੁਲਦਾ ਕੁਐਸਚਨ ਹੁਣ ਤੂੰ ਕਰ, ਜੇ ਮੈਂ ਤੈਨੂੰ 2+2 ਕਰਨਾ ਸਿਖਾਇਆ ਤੇ 4+4 ਤੂੰ ਆਪੇ ਕਰੇਗਾ। ਰੱਟਾ ਨਹੀਂ ਮਾਰਨਾ, ਕੋਈ ਕ੍ਰੈਮਿੰਗ ਨਹੀਂ, ਤੇਰੀ ਕ੍ਰੀਏਟੀਵਿਟੀ ਹੈ ਕਿ ਤੂੰ ਕਿੱਦਾਂ ਆਉਣਾ। ਮੈਮ ਇੱਕ ਅਹਿਮ ਸਵਾਲ, ਸਰਲ ਅਤੇ ਸੌਖੇ ਤਰੀਕੇ ਨਾਲ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਸਮਝਾਉਣਾ ਹੋਵੇ ਵੀ ਆਇਲਸ ਹੈ ਕੀ ਔਰ ਜੇਕਰ ਤੁਸੀਂ ਕਰਨੀ ਹੈ ਇਸ ਕਿਤਾਬ ਦੀ ਮਦਦ ਦੇ ਨਾਲ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ? ਸਰ ਮੇਰੇ ਪੰਜਾਬ ਦੇ ਬੱਚਿਆਂ ਲਈ ਇੱਕ ਮੈਸੇਜ ਹੈ ਕਿ ਅਗਰ ਕਰਨੀ ਹੈ ਤੇ ਆਇਲਸ ਨੂੰ ਸਭ ਤੋਂ ਪਹਿਲਾਂ ਆਪਣੇ ਦਿਮਾਗ ਚੋਂ ਡਰ ਘਟਾ ਦਿਓ ਕਿ ਮੇਰੇ ਕੋਲੋਂ ਰੀਡਿੰਗ ਨਹੀਂ ਹੁੰਦੀ, ਰੀਡਿੰਗ ਸਾਹਮਣੇ ਆਉਂਦੇ ਹੀ ਮੈਨੂੰ ਚੱਕਰ ਆਉਂਦੇ ਹੈ, ਮੇਰੇ ਕੋਲ ਲਿਸਨਿੰਗ ਨਹੀਂ ਹੁੰਦੀ, ਮੈਮ ਮੈਂ ਬੋਲਣ ਲੱਗਿਆਂ ਬਹੁਤ ਹੈਜ਼ੀਟੇਸ਼ਨ ਹੈ, ਲਿਖਣ 'ਚ ਮੇਰਾ ਸੈਂਟੈਂਸ ਸਟਰਕਚਰ ਨਹੀਂ ਆਉਂਦਾ। ਇਹ ਕੁਛ ਹੀ ਕਾਮਨ ਚੀਜ਼ਾਂ ਹੈਗੀਆਂ ਜਿਹੜਾ ਬੱਚੇ ਬਹੁਤ ਕਹਿੰਦੇ ਹੈ। ਸਭ ਤੋਂ ਪਹਿਲੇ ਮੇਰੇ ਹਿਸਾਬ ਨਾਲ ਜਿੱਤਣ ਲਈ ਡਰ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਜਿਸ ਦਿਨ ਤੁਹਾਡੇ ਦਿਲ 'ਚੋਂ ਡਰ ਨਿਕਲ ਜਾਏਗਾ ਨਾ ਕਿ ਆਇਲਸ ਬਹੁਤ ਈਜ਼ੀ ਹੈ, ਤੁਸੀਂ ਕੋਈ ਆਇਲਸ ਮੈਂ ਇਸ ਤਰ੍ਹਾਂ ਕਰ ਲਵਾਂਗਾ, ਅਰੇ ਪਲੱਸ ਟੂ ਵੀ ਤਾਂ ਕੀਤੀ ਹੈ, ਜੇ ਪਲੱਸ ਟੂ ਕੀਤੀ ਹੈ ਤਾਂ ਆਇਲਸ 'ਚ ਕੀ ਪ੍ਰੋਬਲਮ ਹੈ? ਉਹੀ ਇੰਗਲਿਸ਼ ਹੈ, ਉਹੀ ਸੈਂਟੈਂਸ ਹੈ, ਸਿਰਫ ਇੱਕ ਟੈਕਨੀਕ ਹੈ, ਇੱਕ ਤਰੀਕਾ ਹੈ ਕਿ ਸਹੀ ਤਰੀਕੇ ਦੇ ਨਾਲ ਅਸੀਂ ਕਿਸ ਤਰ੍ਹਾਂ ਕਰਨਾ ਹੈ। ਇਹ ਤਾਂ ਤੁਸੀਂ ਕਿਹਾ ਬੜੇ ਸਹੀ ਤਰੀਕੇ ਨਾਲ ਸਮਝਾਇਆ। ਕਈ ਵਾਰ ਜਿਹੜੇ ਲੋਕ ਬਹੁਤ ਜ਼ਿਆਦਾ ਪੜ੍ਹੇ ਨੇ ਤਾਂ ਜਦੋਂ ਕੋਈ ਪਿੰਡ ਦਾ ਬੱਚਾ ਜਾਂ ਬੱਚੀ ਆਇਲ ਦੇ ਵਿੱਚੋਂ 6-7 ਬੈਂਡ ਲੈਂਦਾ ਤਾਂ ਉਹ ਹੈਰਾਨ ਹੁੰਦੇ ਕਿ ਆਖਿਰਕਾਰ ਇਹ ਕਿੱਦਾਂ ਕਰ ਗਿਆ, ਇਹਦੇ ਵਿੱਚ ਜਿਹੜਾ ਡਿਫਰੈਂਸ ਉਹ ਕਿਉਂ ਇੱਦਾਂ ਲੱਗਦਾ ਉਹਨਾਂ ਨੂੰ? ਸਰ ਉਹ ਇਸ ਕਰਕੇ ਲੱਗਦਾ ਕਿਉਂਕਿ ਉਹਨਾਂ ਕੋਲੋਂ ਕਦੀ ਉਮੀਦ ਨਹੀਂ ਕੀਤੀ ਜਾਂਦੀ। ਉਹਨਾਂ ਨੂੰ ਇਹੀ ਕਿਹਾ ਜਾਂਦਾ ਨਹੀਂ ਨਹੀਂ ਬੜੀ ਔਖੀ ਤੇਰੇ ਕੋਲੋਂ ਨਹੀਂ ਹੋਣੀ, ਉਹਦੇ ਕੋਲੋਂ ਹੋ ਸਕਦੀ ਹੈ। ਪਰ ਇਹ ਡਰ ਕਿਉਂ ਫੈਲਾਇਆ ਜਾਂਦਾ ਕਿ ਬਹੁਤ ਔਖੀ ਹੈ ਜੀ, ਕੋਈ ਕਰ ਹੀ ਨਹੀਂ ਸਰ? ਇਸ ਲਈ ਕਿ ਮੋਨੋਪੋਲੀ ਬਣਾਈ ਜਾਏ, ਆਇਲਸ ਨੂੰ ਬਿਜ਼ਨਸ ਬਣਾਇਆ ਜਾਏ। ਜੇ ਡਰ ਪੈਦਾ ਕਰਾਂਗੇ ਤੇ ਬੱਚਾ ਕੁਛ ਨਾ ਕੁਛ ਗਲਤ ਪਾਸੇ ਜਾਏਗਾ। ਹੁਣ ਅਗਰ ਪੇਸ਼ੈਂਟ ਦੇ ਦਿਲ 'ਚ ਡਰ ਪੈਦਾ ਕਰਤਾ ਕਿ ਜੇ ਤੇਰਾ ਮੇਰਾ ਇਹ ਟੈਸਟ ਨਾ ਕਰਾਇਆ ਤਾਂ ਤੂੰ ਮਰ ਜਾਣਾ, ਉਹਨੂੰ ਕਿਹਾ ਨਹੀਂ ਜੇ ਤੇਰੇ ਕੋਲੋਂ ਆਇਲਸ ਨਾ ਹੋਈ ਤਾਂ ਤੇਰਾ ਫਿਊਚਰ ਖਤਮ ਹੈ, ਅਰੇ ਉਹਨੂੰ ਸਮਝਾਓ ਕਿ ਆਇਲਸ ਹੋ ਜਾਏਗੀ ਤੇਰੇ ਕੋਲੋਂ, ਜੇ ਤੂੰ ਪਲੱਸ ਟੂ ਕੀਤੀ ਹੈ ਤਾਂ ਤੂੰ ਆਇਲਸ ਵੀ ਕਰ ਸਕਦਾ, ਜੇ ਤੈਨੂੰ ਮੇਰੀ ਪੰਜਾਬੀ ਸਮਝ ਆਉਂਦੀ ਤੈਨੂੰ ਮੇਰੀ ਅੰਗਰੇਜ਼ੀ ਵੀ ਸਮਝ ਆਏਗੀ, ਮੈਂ ਤੈਨੂੰ ਅੰਗਰੇਜ਼ੀ ਪੰਜਾਬੀ ਦੇ ਵਿੱਚ ਛੋਟੇ ਛੋਟੇ ਕਰਕੇ ਸਮਝਾਉਣੇ ਹੈ। ਅੱਜ ਮੇਰਾ ਬਹੁਤ ਦਿਲ ਕਰਦਾ, ਮੈਂ ਸਟੂਡੈਂਟਸ ਦੀ ਬਹੁਤ ਪੇਨ ਫੀਲ ਹੁੰਦੀ ਹੈ, ਔਰ ਇਹ ਬੁੱਕ ਲਿਖਣ ਦਾ ਮਕਸਦ ਵੀ ਇਹੀ ਸੀ। 1 ਸਾਲ ਮੈਂ ਬੱਚਿਆਂ ਦੀਆਂ ਡਿਫੀਕਲਟੀਜ਼ ਲਿਖਦੀ ਰਹੀ ਕਿ ਉਹਨਾਂ ਨੂੰ ਕਿੱਥੇ ਪ੍ਰੋਬਲਮ ਆ ਰਹੀ ਹੈ, ਕਿੱਥੇ ਪ੍ਰੋਬਲਮ ਆ ਰਹੀ ਹੈ। ਪਹਿਲੇ ਮੈਂ ਇੱਕ ਲਿਸਟ ਆਫ ਪ੍ਰੋਬਲਮਸ ਬਣਾਈਆਂ, ਫਿਰ ਉਸ ਤੋਂ ਬਾਅਦ ਮੈਂ ਇੱਕ ਇੱਕ ਕਰਕੇ ਉਹਦਾ ਸੋਲਿਊਸ਼ਨ ਲੱਭਿਆ। ਫਿਰ ਮੈਂ ਕਿਹਾ ਨਹੀਂ, ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ, ਕਿਤਾਬ ਤੇ ਮੈਂ ਕਿਸੇ ਚੀਜ਼ ਤੇ ਵੀ ਲਿਖ ਸਕਦੀ ਹਾਂ। ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਹੈ, ਵੈਬਸਾਈਟ ਦਾ ਯੁੱਗ ਹੈ, ਪਰ ਤੁਸੀਂ ਕਿਤਾਬ ਨੂੰ ਹੀ ਕਿਉਂ ਪ੍ਰੈਫਰੈਂਸ ਦਿੱਤੀ ਕਿ ਮੈਂ ਕਿਤਾਬ ਹੀ ਲਿਖਣੀ ਹੈ? ਕਿਉਂਕਿ ਅੱਜ ਕੱਲ੍ਹ ਲੋਕ ਵੈਬਸਾਈਟ ਤੇ ਪੂਰਾ ਕਿਤਾਬਾਂ ਜਿਹੜੀਆਂ ਨੇ ਉਹ ਅਪਲੋਡ ਕਰ ਰਹੇ ਨੇ, ਤਾਂ ਕਿਤਾਬ ਲਿਖਣ ਦਾ ਆਈਡੀਆ ਕਿਉਂ ਆਇਆ? ਸਰ ਇਸ ਕਰਕੇ ਆਇਆ ਕਿ ਜਿਹੜਾ ਰਿਟਨ ਮਟੀਰੀਅਲ ਹੈ ਨਾ, ਅਸੀਂ ਜਿੰਨਾ ਮਰਜ਼ੀ ਕੰਪਿਊਟਰ ਯੁੱਗ 'ਚ ਚਲੇ ਜਾਈਏ, ਜਿਹੜਾ ਰਿਟਨ ਮਟੀਰੀਅਲ ਹੈ ਨਾ, ਜਦੋਂ ਬੱਚਾ ਸਾਹਮਣੇ ਰੱਖ ਕੇ 1 ਵਾਰੀ ਪੜ੍ਹਦਾ, 2 ਵਾਰੀ ਪੜ੍ਹਦਾ, ਸਕਰੀਨ 'ਤੇ ਅੱਖਾਂ ਥੱਕ ਜਾਂਦੀ ਹੈ। ਪੰਜਾਬ ਦੇ ਬੱਚੇ ਨੂੰ 1 ਲਾਈਨ ਨੂੰ 2-2, 3-3 ਵਾਰ ਪੜ੍ਹਨ ਦੀ ਜ਼ਰੂਰਤ ਪੈਂਦੀ ਹੈ, ਔਰ ਉਹ ਲਾਈਨ ਪੜ੍ਹ ਕੇ ਜਦੋਂ ਨੋਟਸ ਬਣਾਉਂਦਾ, ਕਿਤਾਬ ਨੂੰ ਸਾਹਮਣੇ ਰੱਖਦਾ, ਮੇਰੇ ਖਿਆਲ ਟ੍ਰੈਡੀਸ਼ਨਲ ਤਰੀਕਾ ਜਿਹੜਾ ਹੈ। ਮੈਂ ਇਹੀ ਸਵਾਲ ਕਰਨ ਲੱਗਿਆ ਸੀ ਕਿ ਇੱਕ ਟ੍ਰੈਡੀਸ਼ਨ ਹੈ ਸਾਡਾ ਕਿਤਾਬਾਂ, ਟ੍ਰੈਡੀਸ਼ਨਲ ਤਰੀਕੇ ਨੂੰ ਅੱਜ ਵੀ ਲੋਕ ਜ਼ਿਆਦਾ ਤਰਜੀਹ ਦਿੰਦੇ ਨੇ, ਯਾਨੀ ਬਜਾਏ ਕਿ ਇੰਟਰਨੈਟ ਜਾਂ ਜਿਹੜਾ ਹੋਰ ਆਧੁਨਿਕ ਯੁੱਗ ਜਿਹੜਾ ਹੁਣ ਚੱਲ ਰਿਹਾ। ਸਰ ਆਉਣ ਵਾਲੇ 100 ਸਾਲਾਂ 'ਚ ਵੀ ਕਿਤਾਬਾਂ ਕਦੀ ਵੀ ਖਤਮ ਨਹੀਂ ਹੋਣਗੀਆਂ, ਪਿਛਲੇ 500 ਸਾਲਾਂ ਤੋਂ ਚੱਲ ਰਹੀ ਹੈ, ਅਗਲੇ 500 ਸਾਲਾਂ ਤੱਕ ਚੱਲਣਗੀਆਂ, ਕਿਉਂਕਿ ਇਹ ਰਿਟਨ ਮਟੀਰੀਅਲ ਇੱਕ ਐਸੀ ਚੀਜ਼ ਹੈ ਕਿ ਇਹ ਤੁਹਾਡੇ ਸਾਹਮਣੇ ਆਉਂਦਾ, ਤੁਹਾਡੇ ਅੱਖਾਂ ਦੇ ਅੱਗੇ ਜਦੋਂ ਨਿਕਲਦਾ, ਤੁਹਾਡੇ ਦਿਮਾਗ 'ਚ ਛਪਣਾ ਸ਼ੁਰੂ ਹੋ ਜਾਂਦਾ, ਔਰ ਬੱਚੇ ਦੀ ਕੰਸੈਂਟ੍ਰੇਸ਼ਨ ਹਮੇਸ਼ਾ ਇਨਕਰੀਜ਼ ਹੁੰਦੀ ਹੈ। ਜਦੋਂ ਸਕਰੀਨ ਦੇ ਅੱਗੇ ਹੁੰਦਾ, ਕਈ ਵਾਰ ਉਹ ਥੱਕ ਜਾਂਦਾ। ਮੈਂ ਇਕੱਲੀ ਬੁੱਕ ਕਦੇ ਰਿਕਮੈਂਡ ਨਹੀਂ ਕਰਦੀ, ਮੈਂ ਕਹਿੰਦੀ ਇਹਦੇ ਨਾਲ ਯੂਟਿਊਬਸ ਵੀ ਦੇਖੋ, ਤੁਸੀਂ ਇਹਦੇ ਨਾਲ ਦੂਸਰਾ ਮਟੀਰੀਅਲ ਵੀ ਚੈੱਕਆਊਟ ਕਰੋ, ਬਟ ਐਜ਼ ਅ ਹੈਲਪ ਇਟ ਵਿਲ ਰੀਅਲੀ ਗਿਵ ਯੂ ਦ ਸਕੋਰ। ਕੀ ਇਹ ਇਸ ਤਰੀਕੇ ਦੀ ਪਹਿਲੀ ਕਿਤਾਬ ਹੈ ਜਾਂ ਹੋਰ ਵੀ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ? ਸਰ ਕਿਤਾਬਾਂ ਤੇ ਲਿਖੀਆਂ ਜਾ ਚੁੱਕੀਆਂ, ਔਰ ਉਹ ਕਲੇਮ ਵੀ ਕਰਦੇ ਆ ਕਿ ਜੋ ਅਸੀਂ ਲਿਖਨੇ ਆ ਜੋ ਸਾਡੀ ਕਿਤਾਬ 'ਚ ਉਹਦੇ ਵਿੱਚੋਂ ਹੀ ਆਉਂਦਾ। ਪਰ ਮੈਂ ਇੱਕ ਚੀਜ਼ ਬੜੀ ਕਲੀਅਰ ਕਹਿ ਦਾਂ ਕਿ ਆਇਲਸ ਦਾ ਕੋਈ ਸਿਲੇਬਸ ਨਹੀਂ ਹੁੰਦਾ, ਆਇਲਸ ਦਾ ਇੱਕ ਐਕਸਪੀਰੀਅੰਸ ਟੀਚਰ ਦਾ ਐਕਸਪੀਰੀਅੰਸ ਹੀ ਕੰਮ ਆਉਂਦਾ ਕਿ ਉਹਨੂੰ ਪਤਾ ਚੱਲਦਾ ਹੈ ਕਿ ਨਹੀਂ
3 ਮਹੀਨੇ ਪਹਿਲੇ ਇਹ ਕਾਰਡ ਆਇਆ ਸੀ, ਇਹ ਰਾਈਟਿੰਗ ਆਈ ਸੀ, ਹੁਣ ਇਹ ਟ੍ਰੈਂਡ ਹੈ। ਹੁਣ ਤੁਸੀਂ 500-700 ਕੁਐਸਚਨ ਦੀ ਇੱਕ ਇੰਡੈਕਸ ਬਣਾ ਦਿਓ ਔਰ ਕਹਿ ਦਿਓ ਇਹਦੇ ਵਿੱਚੋਂ ਹੀ ਆਉਂਦਾ ਹੈ, ਉਹ ਤੇ ਫਿਰ ਬੱਚੇ ਨਾਲ ਬੇਇਨਸਾਫੀ ਹੈ। ਆਖਰੀ ਗੱਲ, ਇਸ ਕਿਤਾਬ ਨੂੰ ਲਿਖਣ ਦਾ ਮਕਸਦ ਕੀ, ਪੈਸੇ ਕਮਾਉਣਾ ਹੈ ਜਾਂ ਕੋਈ ਹੋਰ ਹੈ? ਸਰ, ਅਗਰ ਪੈਸੇ ਕਮਾਉਣਾ ਹੁੰਦਾ ਤੇ ਇਸ ਬੁੱਕ ਦੀ ਕੀਮਤ 400 ਰੁਪਏ ਨਾ ਹੁੰਦੀ, ਔਰ ਇਹ ਬੁੱਕ ਗ੍ਰਾਮਰ ਦੀ ਮੈਂ ਇੰਸਟੀਟਿਊਟ 'ਚ ਫ੍ਰੀ ਡਿਸਟ੍ਰੀਬਿਊਟ ਕਰ ਰਹੀ ਹਾਂ। ਅਗਰ ਪੈਸੇ ਕਮਾਉਣਾ ਹੁੰਦਾ ਤੇ ਇਹਦੀ ਬੁੱਕ ਦੀ ਕੀਮਤ ਘੱਟ ਤੋਂ ਘੱਟ 2000 ਹੁੰਦੀ। ਲੋਕ ਮੇਰੇ ਕੋਲੋਂ ਖਰੀਦ ਕੇ ਇਹਨੂੰ ਹੀ ਐਕਸਪੈਂਸਿਵ ਵੇਚੀ ਜਾ ਰਹੇ ਹੈ। ਇਹਦਾ ਮਕਸਦ ਪੈਸਾ ਕਮਾਉਣਾ ਨਹੀਂ। ਇਹ ਕਿਤਾਬ ਨੂੰ ਤੁਸੀਂ ਡਾਇਰੈਕਟਲੀ ਖੁਦ ਵੇਚ ਰਹੇ ਹੋ ਜਾਂ ਆਨਲਾਈਨ, ਕਿਸ ਤਰੀਕੇ ਦੇ ਨਾਲ ਲੋਕ ਇਸ ਕਿਤਾਬ ਨੂੰ ਲੈ ਸਕਦੇ? ਇਹ ਬੁੱਕ ਸਾਡੀ ਐਮਾਜ਼ੋਨ ਤੇ ਅਵੇਲੇਬਲ ਹੈ, ਔਰ ਜਿਹੜੇ ਸਾਡੇ ਇੱਥੋਂ ਦੇ ਬੱਚੇ ਹੈ ਉਹ ਆ ਕੇ ਇੱਥੋਂ ਵੀ ਲੈ ਜਾਂਦੇ ਹੈ। ਐਸ ਸੱਚ ਇਹ ਬੁੱਕ ਨੂੰ ਵੇਚਣਾ ਮੇਰਾ ਮਕਸਦ ਨਹੀਂ ਹੈ, ਮੇਰਾ ਪਰਪਸ ਆਇਲਸ ਹੈ। ਆਇਲਸ ਦੇ ਵਿੱਚ ਜਿਸ ਬੱਚੇ ਨੂੰ ਜ਼ਰੂਰਤ ਪੈਂਦੀ ਹੈ ਉਹ ਲੈ ਜਾਂਦਾ। ਔਰ ਆਇਲਸ ਦੇ ਨਾਮ ਤੇ ਜਿਹੜਾ ਇੱਕ ਜਾਲ ਹੈ ਵਿਛਿਆ ਹੋਇਆ, ਉਸ ਦੇ ਵਿੱਚੋਂ ਤੁਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਹੋ? ਸਰ, ਦਿਲ ਤੇ ਬਹੁਤ ਕਰਦਾ ਹੈ ਕਿ ਮੈਂ ਕੱਢ ਲਾਂ, ਜਿਸ ਤਰ੍ਹਾਂ ਕਿਸੇ ਦਾ ਦਿਲ ਕਰਦਾ ਹੈ ਕਿ ਡਰੱਗ ਐਡਿਕਸ਼ਨ ਖਤਮ ਕੀਤੀ ਜਾਏ, ਮੇਰਾ ਵੀ ਬਹੁਤ ਦਿਲ ਕਰਦਾ ਹੈ ਕਿ ਜਿਹੜੇ ਚੀਜ਼ਾਂ ਮੇਰੇ ਕੋਲ ਜਿਹੜੀਆਂ ਪ੍ਰੋਬਲਮਸ ਲੈ ਕੇ ਆਉਂਦੀ ਹੈ ਉਹ ਪ੍ਰੋਬਲਮ ਐਗਜ਼ਿਸਟ ਹੀ ਨਹੀਂ ਕਰਦੀ, ਉਹ ਪ੍ਰੋਬਲਮ ਹੀ ਨਹੀਂ ਹੈ ਜਿਹਨੂੰ ਉਹਨਾਂ ਨੇ ਇੰਨਾ ਵੱਡੀ ਪ੍ਰੋਬਲਮ ਬਣਾ ਕੇ ਔਰ 50-60 ਹਜ਼ਾਰ ਰੁਪਇਆ ਖਰਚ ਚੁੱਕਿਆ ਉਹਦੇ 'ਤੇ। ਉਹ ਪ੍ਰੋਬਲਮ ਤਾਂ ਸਿਰਫ 2 ਮਹੀਨੇ ਦੀ ਹੈ। ਮੇਰਾ ਬਹੁਤ ਦਿਲ ਕਰਦਾ ਕਿ ਮੈਂ ਇਸ ਚੀਜ਼ ਨੂੰ ਕਰਾਂ, ਸੋਲਿਊਸ਼ਨ ਦੇਵਾਂ ਇਹਦਾ। ਇਹ ਨੇ ਡਾਕਟਰ ਰੋਮਾ, ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ, ਆਇਲਸ ਦੇ ਉੱਪਰ ਇਹ ਕਿਤਾਬ ਲਿਖੀ ਗਈ, ਔਰ ਸਭ ਤੋਂ ਵੱਡਾ ਮਕਸਦ ਇਹਨਾਂ ਦਾ ਇਹੀ ਹੈ ਕਿ ਜਿਹੜੇ ਨੌਜਵਾਨ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਨੇ ਪਰ ਜਦੋਂ ਬੈਂਡ ਲੈਣ ਤੋਂ ਪਹਿਲਾਂ ਉਹਨਾਂ ਨੂੰ ਆਇਲਸ ਕਰਨ ਬਾਰੇ ਕਿਹਾ ਜਾਂਦਾ ਤਾਂ ਇੱਕ ਹਊਆ ਉਹਨਾਂ ਨੂੰ ਜ਼ਰੂਰ ਲੱਗਦਾ, ਔਰ ਇਸ ਦੇ ਪਿੱਛੇ ਡਾਕਟਰ ਰੋਮਾ ਦਾ ਕਹਿਣਾ ਕਿ ਇਸ ਹਊਆ ਬਣਾਉਣ ਪਿੱਛੇ ਵੀ ਕੁਝ ਲੋਕਾਂ ਦਾ ਇੱਕ ਬਹੁਤ ਵੱਡਾ ਮਕਸਦ ਹੈ, ਜਿਹੜੇ ਪੰਜਾਬ ਦੇ ਭੋਲੇ ਭਾਲੇ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਡਰਾ ਕੇ ਸਿਰਫ ਅਤੇ ਸਿਰਫ ਪੈਸਾ ਕਮਾਉਣ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।